ਜੋ 20 ਡਾਲਰ ਆ ਉਹਦੇ ਨਾਲ ਜਿਹੜੀ ਆ ਉਹਨਾਂ ਦੀ ਆਰਥਿਕ ਸਥਿਤੀ ਵਧੇ ਸੁਧਰੇਗੀ ਔਰ ਨਾਲ ਹੀ ਜਿਹੜੀ ਵਿਦੇਸ਼ੀ ਮੁਦਰਾ ਉਹ ਵੀ ਵਧੇਗੀ। ਮੈਨੂੰ ਸੁਣ ਕੇ ਬਹੁਤ ਹੈਰਾਨੀ ਤਾਂ ਜਿਹੜੀ ਹੋ ਰਹੀ ਹੈ, ਲੇਕਿਨ ਇਸ ਤੋਂ ਵੱਡਾ ਮੈਨੂੰ ਦੁੱਖ ਹੋ ਰਿਹਾ ਹੈ ਕਿਉਂਕਿ ਕਰਤਾਰਪੁਰ ਸਾਹਿਬ ਲਾਂਘਾ ਜਿਹੜਾ ਗੁਰੂ ਸਾਹਿਬ ਦੀ ਅਪਾਰ ਕਿਰਪਾ ਦੇ ਨਾਲ 70 ਸਾਲ ਬਾਅਦ ਕਰੋੜਾਂ ਅਰਦਾਸਾਂ ਬੇਨਤੀਆਂ ਦੇ ਬਾਅਦ ਇੱਕ ਹਕੀਕਤ ਬਣਦਾ ਹੋਇਆ ਜਿਹੜਾ ਨਜ਼ਰ ਆ ਰਿਹਾ ਹੈਗਾ, ਉਹ ਹਰੇਕ ਦੇ ਮਨ 'ਚ ਇਹ ਭਾਵਨਾ ਸੀਗੀ ਕਿ ਅਸੀਂ ਜਿੱਥੇ ਗੁਰੂ ਸਾਹਿਬ ਦੇ ਧੰਨਵਾਦੀ ਹਾਂ ਉੱਥੇ ਆਪਾਂ ਕਿਤੇ ਨਾ ਕਿਤੇ ਪਾਕਿਸਤਾਨ ਸਰਕਾਰ ਦੇ ਵੀ ਅਸੀਂ ਧੰਨਵਾਦੀ ਸੀਗੇ ਕਿ ਸਾਨੂੰ ਆਪਣੇ ਧਾਰਮਿਕ ਸਥਾਨਾਂ 'ਚ ਦਰਸ਼ਨ ਦੀਦਾਰ ਬਖਸ਼ ਰਹੇ ਨੇ, ਮੌਕਾ ਦੇ ਰਹੇ ਨੇ ਗੁਰੂ ਸਾਹਿਬ ਦੀ ਕਿਰਪਾ ਸਦਕਾ। ਲੇਕਿਨ ਕਰਤਾਰਪੁਰ ਸਾਹਿਬ ਦੇ ਲਾਂਘੇ ਸ਼ੁਰੂ ਹੋਣ ਤੋਂ ਪਹਿਲੇ ਜਦ ਉਹਨਾਂ ਦੇ ਫੋਰਨ ਮਿਨਿਸਟਰ ਨੇ ਕਿਹਾ ਸੀ ਕਿ ਅਸੀਂ ਇੱਕ ਗੁਗਲੀ ਛੱਡੀ ਹੈ, ਉਸ ਟਾਈਮ ਵੀ ਸਿੱਖਾਂ ਨੂੰ ਠੇਸ ਲੱਗੀ ਸੀ। ਅਤੇ ਹੁਣ ਜਦ 20 ਡਾਲਰ ਹਰੇਕ ਤੋਂ ਚਾਰਜ ਕਰਨ ਦਾ ਪਾਕਿਸਤਾਨ ਦੀ ਸਰਕਾਰ ਇਹਦੇ ਉੱਤੇ ਅੜੀ ਹੋਈ ਹੈ, ਬਲਕਿ ਪਰਸੋਂ ਵੀ ਜਿਹੜਾ ਪ੍ਰਧਾਨ ਮੰਤਰੀ ਜੀ ਨੇ 8 ਤਰੀਕ ਨੂੰ ਉਦਘਾਟਨ ਕਰਤਾਰਪੁਰ ਸਾਹਿਬ ਦਾ ਕਰਨਾ ਸੀ, ਇਹ ਪਾਕਿਸਤਾਨ ਦੇ ਇਸ 20 ਡਾਲਰ ਵਾਲੀ ਗੱਲ 'ਚ ਆ ਕੇ ਅਟਕਣ ਕਰਨ ਹੀ ਪ੍ਰਧਾਨ ਮੰਤਰੀ ਜੀ ਨੂੰ ਹੁਣ 9 ਤਰੀਕ ਤਾਂ ਆਪਣਾ ਅੱਗੇ ਕਰਨਾ ਪਿਆ ਉਦਘਾਟਨ ਦੀ ਤਰੀਕ, ਕਿਉਂਕਿ 20 ਡਾਲਰ ਦੇਖਿਆ ਜਾਈਏ ਇਹ 1400-1500 ਰੁਪਏ ਹਰੇਕ ਗਰੀਬ ਦੇ ਪਹੁੰਚ ਤਾਂ ਹੀ ਕਿੱਥੇ, ਕਿਉਂਕਿ ਜੇ ਆਪਣੇ ਬਜ਼ੁਰਗ ਮਾਪਿਆਂ ਨੂੰ ਉੱਥੇ ਦਰਸ਼ਨ ਦੀਦਾਰ ਕਰਾਉਣਾ ਹੈ, ਜੇ ਪਰਿਵਾਰ ਦੇ ਚਾਰ ਜੀ ਜਾਂਦੇ ਨੇ, 5-6 ਹਜ਼ਾਰ ਆ ਹੋ ਗਿਆ, ਬੰਦਾ ਆਪਦੇ ਘਰੋਂ ਚੱਲਦਾ ਹੈਗਾ, ਆਉਣ ਜਾਣ ਦਾ 4 ਜੀਆਂ ਦਾ ਕਿਰਾਇਆ ਹੁੰਦਾ ਹੈ, ਉੱਥੇ ਜਾ ਕੇ ਮੱਥਾ ਟੇਕਦਾ ਹੈ, ਸਾਰਾ ਕੁਛ ਜੋੜ ਕੇ ਜੇ 10 ਹਜ਼ਾਰ ਤਾਂ ਹੀ ਜਿਹੜੇ ਬੰਦੇ ਕੋਲ ਪੈਸੇ ਇਕੱਲੇ ਉਹ ਹੀ ਜਾ ਸਕਦੇ ਨੇ, ਤਾਂ ਉਹ ਵਿਚਾਰਾ ਗਰੀਬ ਜਿਹੜਾ ਮਸਾਂ ਸਵੇਰ ਦੀ ਰੋਟੀ ਖਾਂਦਾ ਹੈ ਉਹ ਕਿੱਥੇ ਨਸੀਬ ਹੋ ਪਾਊਗਾ। ਅਤੇ ਕਿਸੇ ਨੂੰ ਆਪਣੇ ਗੁਰੂ ਘਰ ਦੇ ਦਰਸ਼ਨ ਦੀਦਾਰ ਤੋਂ ਵਾਂਝਾ ਰੱਖਿਆ ਜਾਏ ਕਿਉਂਕਿ ਉਹਦੇ ਕੋਲ ਮਾਲੀ ਸਹਾਇਤਾ ਨਹੀਂ ਹੈਗੀ, ਇਸ ਤੋਂ ਹੋਰ ਨੀਚ ਚੀਜ਼ ਕੀ ਹੋ ਸਕਦੀ ਕਿ ਦੁਨੀਆ 'ਚ ਕੋਈ ਵੀ ਧਾਰਮਿਕ ਸਥਾਨ ਨਹੀਂ ਹੈਗਾ ਜਿੱਥੇ ਫੀ ਲਿੱਤੀ ਜਾਂਦੀ ਹੈ ਕਿ ਤੁਸੀਂ ਆਪਣੇ ਧਰਮ ਦੇ ਉੱਤੇ ਨਤਮਸਤਕ ਹੋ ਸਕੋ। ਅਤੇ ਪਾਕਿਸਤਾਨ ਇਹੋ ਜਿਹੇ ਸੋਚ ਉਹਨਾਂ ਦੀ ਪ੍ਰਧਾਨ ਮੰਤਰੀ ਦੀ ਜਿਹੜੇ ਕਹਿ ਰਹੇ ਨੇ ਕਿ ਇਹਦੇ ਨਾਲ ਪਾਕਿਸਤਾਨ ਦੀ ਇਕੋਨਮੀ ਵਧੂਗੀ ਅਤੇ ਵਿਦੇਸ਼ੀ ਮੁਦਰਾ ਆਊਗੀ, ਫਿਰ ਇਹਨਾਂ ਨੇ ਤਾਂ ਸਾਡੇ ਭਾਵਨਾਵਾਂ ਦੇ ਉੱਤੇ ਮੁੱਲ ਪਾ ਕੇ ਇਹਨਾਂ ਨੇ ਤਾਂ ਧੰਦਾ ਬਣਾਤਾ, ਕਿਉਂਕਿ 20 ਡਾਲਰ ਦੇ ਹਿਸਾਬ ਦੇ ਨਾਲ 5000 ਬੰਦੇ ਜਿਹੜੇ ਰੋਜ਼ ਜਾਂਦੇ ਨੇ ਇਹਨਾਂ ਨੂੰ ਤਾਂ 60-70 ਲੱਖ ਦਾ ਆਮਦਨ, 5000 ਬੰਦਿਆਂ ਜਿਹੜੀ ਇਹਨਾਂ ਦੀ ਕਰੰਸੀ ਤਾਂ ਮੇਰਾ ਖਿਆਲ ਕਰੋੜ ਰੁਪਏ ਦੇ ਨੇੜੇ ਹੋ ਜਾਊਗੀ, ਅਤੇ 360 ਦੇ ਨਾਂ 'ਚ 360 ਕਰੋੜ ਵਾਲੀ ਤਾਂ ਕੋਈ ਪੂਰੇ ਪਾਕਿਸਤਾਨ 'ਚ ਇੰਡਸਟਰੀ ਨਹੀਂ ਹੋਊਗੀ। ਅਤੇ ਜਿਹੜਾ ਇਹ ਮੈਂ ਸੋਚ ਰਹੀ ਸੀ, ਹੁਣ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਹੀ ਇਹ ਬਿਆਨ ਦਿੱਤਾ ਹੈਗਾ ਕਿ ਇਹਦੇ ਵਿੱਚ ਵਿਦੇਸ਼ੀ ਮੁਦਰਾ ਆਊਗੀ ਤਾਂ ਸਾਡੀ ਇਕੋਨਮੀ ਵਧੂਗੀ, ਇਹਦਾ ਮਤਲਬ ਤਾਂ ਸਿੱਖਾਂ ਦੀ ਧਾਰਮਿਕ ਭਾਵਨਾਵਾਂ ਦੇ ਨਾਲ ਇਹਨਾਂ ਨੇ ਖਿਲਵਾੜ ਕਰਕੇ ਆਪਣੇ ਦੇਸ਼ ਵਾਸਤੇ ਇੱਕ ਧੰਦਾ ਬਣਾ ਲਿਆ ਹੈਗਾ। ਇਹ ਤਾਂ ਬਹੁਤ ਹੀ ਦੁੱਖ ਅਤੇ ਬਹੁਤ ਹੀ ਅਫਸੋਸ ਦੀ ਗੱਲ ਹੈਗੀ ਕਿ ਤੁਸੀਂ ਸਾਡੇ ਕੌਮ ਦੇ ਨਾਲ ਤੁਸੀਂ ਇਸ ਤਰ੍ਹਾਂ ਦਾ ਇੱਕ ਤਰ੍ਹਾਂ ਮੈਂ ਸਮਝਦੀ ਹਾਂ ਧੋਖਾ ਤੁਸੀਂ ਕਰ ਰਹੇ ਹੋ ਕਿ ਸਾਡੀ ਭਾਵਨਾਵਾਂ ਦੇ ਨਾਲ ਖਿਲਵਾੜ ਕਰਕੇ ਧੰਦਾ ਬਣਾ ਰਹੇ ਹੋ ਆਪਣੇ ਦੇਸ਼ ਦੀ ਮਾਲੀ ਹਾਲਤ ਨੂੰ ਸੁਧਾਰਨ ਵਾਸਤੇ, ਅਤੇ ਸਾਡੇ ਗਰੀਬ ਸਿੱਖਾਂ ਨੂੰ ਆਪਣੇ ਦਰਸ਼ਨ ਦੀਦਾਰਾਂ ਤੋਂ ਵਾਂਝਾ ਰੱਖ ਰਹੇ ਹੋ। ਮੈਂ ਬੇਨਤੀ ਕਰਦੀ ਹਾਂ ਕਿ ਸਿੱਖਾਂ ਨੂੰ ਪਾਕਿਸਤਾਨ ਪ੍ਰਤੀ ਬਹੁਤ ਹੀ ਅਸੀਂ ਧੰਨਵਾਦੀ ਸੀਗੇ ਕਿ ਸਾਨੂੰ ਇਹ ਦਰਸ਼ਨ ਦੀਦਾਰ ਗੁਰੂ ਸਾਹਿਬ ਨਸੀਬ ਕਰਾ ਰਹੇ ਨੇ, ਕਿਰਪਾ ਕਰਕੇ ਬੇਨਤੀ ਕਰਦੀ ਹਾਂ, ਇਹਦੇ ਵਿੱਚ ਨਾ ਸੰਗਤ ਦੀ ਖੁਸ਼ੀ ਹੋਊਗੀ ਨਾ ਹੀ ਗੁਰੂ ਦੀ ਖੁਸ਼ੀ ਹੋਊਗੀ, ਤੁਸੀਂ ਧੰਦਾ ਕਰਨਾ ਹੈ, ਬਥੇਰੇ ਹੋਰ ਧੰਦੇ ਨੇ ਸਾਡੇ ਧਾਰਮਿਕ ਸਥਾਨਾਂ 'ਚ, ਤੁਸੀਂ ਇਹਨੂੰ ਇੱਕ ਧੰਦਾ ਨਾ ਬਣਾਓ।